ਸਤਿ ਸ਼੍ਰੀ ਅਕਾਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਖਾਸ ਬੁਲੇਟਿਨ ਸਤਿ ਸ਼੍ਰੀ ਅਕਾਲ ਜ਼ੀ ਲੈ ਕੇ ਮੈਂ ਹਾਜ਼ਰ ਹਾਂ ਹਰਸ਼ਰਨ ਕੌਰ। ਦੇਸ਼ ਦੁਨੀਆ ਦੀਆਂ ਸਾਰੀਆਂ ਨਵੀਆਂ ਤੇ ਤਾਜ਼ਾ ਤਮਾਮ ਖਬਰਾਂ ਤੇ ਅਸੀਂ ਨਜ਼ਰ ਪਾਵਾਂਗੇ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲੀ ਖਬਰ ਹੈ ਕਿ ਕਦੇ ਸ਼ਰਾਬ ਨੂੰ ਨਸ਼ਾ ਨਾ ਮੰਨਣ ਵਾਲੇ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਜ਼ੀ ਪੰਜਾਬ ਹਰਿਆਣਾ ਦੇ ਖਾਸ ਪ੍ਰੋਗਰਾਮ ਸਰਕਾਰ ਸੇ ਸੰਵਾਦ ਵਿੱਚ ਸ਼ਰਾਬ ਤੇ ਬੈਨ ਲਾਉਣ ਲਈ ਸਰਕਾਰ ਨੂੰ ਚਿੱਠੀ ਲਿਖਣ ਦੀ ਹੁਣ ਗੱਲ ਕਹੀ ਹੈ। ਸ਼੍ਰੀ ਜਿਆਣੀ ਦੇ ਇਸ ਤਰਕ ਤੇ ਅਕਾਲੀ ਦਲ ਨੇ ਕਿਹਾ ਕਿ ਬੈਨ ਲਾਉਣ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਉਧਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੀ ਸ਼ਰਾਬ ਦੇ ਬੈਨ ਤੇ ਸਹਿਮਤੀ ਬਣਾਉਣ ਦੀ ਗੱਲ ਕਹੀ ਹੈ। ਕਿਸੇ ਵੇਲੇ ਸ਼ਰਾਬ ਨੂੰ ਨਸ਼ਾ ਨਾ ਮੰਨਣ ਵਾਲਾ ਬਿਆਨ ਦੇ ਕੇ ਵਿਵਾਦਾਂ ਵਿੱਚ ਘਿਰੇ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਹੁਣ ਸ਼ਰਾਬ ਨੂੰ ਪਾਗਲ ਪਾਣੀ ਕਹਿ ਕੇ ਸੰਬੋਧਨ ਕਰ ਰਹੇ ਨੇ। ਇਹ ਮੌਕਾ ਸੀ ਜਲੰਧਰ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਸਰਕਾਰ ਸੇ ਸੰਵਾਦ ਦਾ, ਜਿੱਥੇ ਸਿਹਤ ਮੰਤਰੀ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸੰਪਾਦਕ ਦਿਨੇਸ਼ ਸ਼ਰਮਾ ਦੇ ਸਿੱਧੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਸਿਹਤ ਮੰਤਰੀ ਨੂੰ ਪੁੱਛਿਆ ਗਿਆ ਕਿ ਉਹ ਸ਼ਰਾਬ ਉੱਤੇ ਸੂਬੇ ਵਿੱਚ ਪਾਬੰਦੀ ਕਿਉਂ ਨਹੀਂ ਲਾ ਦਿੰਦੇ ਤਾਂ ਉਹਨਾਂ ਦਾ ਤਰਕ ਸੀ ਕਿ ਪਾਬੰਦੀ ਦਾ ਫਾਇਦਾ ਤਾਂ ਹੀ ਹੋਵੇਗਾ ਜੇ ਇਹ ਪੂਰੇ ਮੁਲਕ ਵਿੱਚ ਲੱਗੇ, ਜਿਸ ਦੇ ਲਈ ਉਹ ਸਰਕਾਰ ਨੂੰ ਜ਼ਰੂਰ ਲਿਖਣਗੇ। ਸਿਹਤ ਮੰਤਰੀ ਵੱਲੋਂ ਸ਼ਰਾਬ ਤੇ ਬੈਨ ਲਾਉਣ ਦੀ ਕੀਤੀ ਗਈ ਵਕਾਲਤ ਤੇ ਭਾਈਵਾਲ ਅਕਾਲੀ ਦਲ ਨੇ ਕਿਹਾ ਕਿ ਬੈਨ ਲਾਉਣਾ ਔਖੀ ਗੱਲ ਨਹੀਂ ਹੈ ਪਰ ਜ਼ਿਆਦਾ ਲੋੜ ਜਾਗਰੂਕਤਾ ਦੀ ਹੈ। ਬਾਕੀ ਸ਼ਰਾਬ ਤੋਂ ਹੋਣ ਵਾਲੀ ਆਮਦਨ ਦੀ ਭਰਪਾਈ ਕੇਂਦਰ ਨੂੰ ਕਰਨੀ ਚਾਹੀਦੀ ਹੈ। ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੁਤਾਬਕ ਇਸ ਮੁੱਦੇ ਤੇ ਲੋਕਾਂ ਦੀ ਸਹਿਮਤੀ ਬਣਾਉਣੀ ਜ਼ਰੂਰੀ ਹੈ। ਸ਼ਰਾਬ ਜੋ ਹੈ ਪਾਗਲ ਪਾਣੀ ਇਸਕੋ ਮੈਂ ਕਹਿਤਾ ਹੂੰ ਔਰ ਇਸਸੇ ਬਚਣਾ ਵੀ ਚਾਹੀਏ ਜੀ ਔਰ ਹਰੇਕ ਮਤਲਬ ਹੈ ਬੁਰਾਈ ਕੀ ਜੋ ਜੜ ਹੈ ਉਹ ਸ਼ਰਾਬ ਹੈ। ਸੋ ਬੰਦ ਕਰ ਦੇਣੀ ਕੋਈ ਮਾੜੀ ਗੱਲ ਨਹੀਂ। ਮੈਂ ਵੀ ਕਹਿੰਦਾ ਕਿ ਜੇ ਸੈਂਟਰ ਸਰਕਾਰ ਸਾਡੀ ਮਦਦ ਕਰੇ 5,000 ਕਰੋੜ ਦੀ, ਇਹਦੇ ਤੋਂ ਸਾਨੂੰ ਰੈਵਨਿਊ ਆਉਂਦਾ ਹੈਗਾ ਸ਼ਰਾਬ ਦੇ ਉੱਤੋਂ, ਐਕਸਾਈਜ਼ ਦੇ ਉੱਤੋਂ। ਜੇ ਸੈਂਟਰ ਸਰਕਾਰ 5,000 ਕਰੋੜ ਦੇ ਦਿੰਦੀ ਹੈ ਤਾਂ ਸਾਨੂੰ ਵੀ ਬੰਦ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਮੈਂ ਸਮਝਦਾ ਹਾਂ ਕਿ ਇਹ ਆਮ ਜਨਤਾ ਸੇ ਪੁੱਛਣਾ ਚਾਹੀਏ ਕਿ ਸ਼ਰਾਬ ਬੈਨ ਹੋਣੀ ਚਾਹੀਏ ਜਾਂ ਨਹੀਂ ਬੈਨ ਹੋਣੀ ਚਾਹੀਏ ਔਰ ਇਸਕੇ ਲੀਏ ਇੱਕ ਸਰਵੇ ਕਰਾਉਣਾ ਚਾਹੀਏ ਔਰ ਉਸ ਸਰਵੇ ਕੇ ਆਧਾਰ ਪਰ ਇਹ ਕਰਨਾ ਚਾਹੀਏ। ਮੈਂ ਸਮਝਦਾ ਹਾਂ ਅਗਰ ਉਸ ਸਰਵੇ ਕੇ ਆਧਾਰ ਸੇ ਹਮ ਕਰੇਂਗੇ ਤਾਂ ਉਸਸੇ ਹਮਕੋ ਰਿਜ਼ਲਟਸ ਪਤਾ ਲੱਗੇਂਗੇ ਔਰ ਦੋ ਲੋਕੋਂ ਕੀ ਇੱਛਾਏਂ ਪਤਾ ਲੱਗੇਂਗੇ। ਮੈਮ ਸ਼ਰਾਬ ਕੋਈ ਅੱਛੀ ਚੀਜ਼ ਤਾਂ ਹੈ ਨਹੀਂ, ਸਰਕਾਰ ਉਸਸੇ ਰੈਵਨਿਊ ਬਣਾਤੀ ਹੈ ਤਾਂ ਅਗਰ ਪਬਲਿਕ ਕਾ ਮੂਡ ਹੈ, ਕੰਸੈਂਸਸ ਹੈ ਕਿ ਇਹ ਬੰਦ ਹੋਣੀ ਚਾਹੀਏ ਤਾਂ ਬਿਲਕੁਲ ਹੋਣੀ ਚਾਹੀਏ, ਇਸਕੇ ਲਈ ਕੰਸੈਂਸਸ ਬਿਲਡ ਕਰਨਾ ਚਾਹੀਏ। ਲੇਕਿਨ ਐਸੇ ਅਗਰ ਆਪ ਆਰਬਿਟਰੀ ਕਰੇਂਗੇ ਤਾਂ ਉਹ ਤਾਂ ਠੀਕ ਨਹੀਂ। ਕੰਸੈਂਸਸ ਬਿਲਡ ਕੀਜੀਏ, ਲੋਕਾਂ ਕੋ ਐਜੂਕੇਟ ਕੀਜੀਏ ਔਰ ਬੰਦ ਕਰ ਦੀਜੀਏ ਬੜੇ ਸ਼ੌਕ ਸੇ ਅਗਰ ਲੋਕ ਬੰਦ, ਕਿਉਂਕਿ ਇਸਸੇ ਕੋਈ ਫਾਇਦਾ ਤਾਂ ਮਿਲਤਾ ਨਹੀਂ। ਹਰ ਸਿਆਸੀ ਪਾਰਟੀ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦਾ ਹੁੱਕਾ ਦਿੰਦੀ ਹੈ ਪਰ ਜਦੋਂ ਗੱਲ ਸ਼ਰਾਬ ਤੇ ਬੈਨ ਲਾਉਣ ਦੀ ਆਉਂਦੀ ਹੈ ਤਾਂ ਫਿਰ ਹਰ ਸਿਆਸੀ ਧਿਰ ਦਾ ਆਪਣਾ ਤਰਕ ਹੈ। ਕੋਈ ਧਿਰ ਲੋਕਾਂ ਦੀ ਸਹਿਮਤੀ ਬਣਾਉਣ ਦੀ ਗੱਲ ਕਰਦੀ ਹੈ, ਕੋਈ ਲੋਕਾਂ ਨੂੰ ਜਾਗਰੂਕ ਕਰਨ ਦੀ ਅਤੇ ਕੋਈ ਸ਼ਰਾਬ ਦੀ ਵਿਕਰੀ ਤੋਂ ਇਕੱਠੇ ਹੋਣ ਵਾਲੇ ਮਾਲੀਏ ਦਾ ਤਰਕ ਦਿੰਦੀ ਹੈ। ਨਿਤਕਾ ਮਹੇਸ਼ਵਰੀ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਚੰਡੀਗੜ੍ਹ। ਸੋ ਸਰਕਾਰ ਸੇ ਸੰਵਾਦ ਵਿੱਚ ਦਿੱਤੇ ਸੁਰਜੀਤ ਕੁਮਾਰ ਜਿਆਣੀ ਦੇ ਨਵੇਂ ਬਿਆਨ ਤੇ ਹੁਣ ਪੰਜਾਬ ਦੀ ਸਿਆਸਤ ਕਿੰਨੀ ਕੁ ਭਖੇਗੀ ਤੇ ਇਸ ਬਿਆਨ ਤੇ ਕਿੰਨੀ ਕੁ ਕਾਰਵਾਈ ਹੋਵੇਗੀ ਇਹ ਦੇਖਣ ਵਾਲੀ ਗੱਲ ਰਹੇਗੀ।